ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ। ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦਾ ਵੱਡਾ ਟੂਰਨਾਮੈਂਟ, ਅੱਜ ਵੱਡੇ ਰਿਕਾਰਡ ਪੈਦਾ ਹੋਣੇ ਆ, ਵੱਡੇ ਕੱਪ ਹੋਣ ਜਾ ਰਹੇ ਆ, ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਚੈਨਲ 'ਤੇ ਜੋ ਵੀਰ ਨਵੇਂ ਆਏ ਆ, ਸਬਸਕ੍ਰਾਈਬ ਸਾਰੇ ਭਰਾ ਕਰਕੇ ਜਾਇਆ ਕਰੋ। ਕਬੱਡੀ ਦੀਆਂ ਵੀਡੀਓ ਇਸ ਚੈਨਲ 'ਤੇ ਪਾਉਂਦੇ ਰਹਿੰਦੇ ਹਾਂ, ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰ ਦਿਆ ਕਰੋ। ਗੱਲ ਕਰੀਏ ਟੂਰਨਾਮੈਂਟ ਦੀ, ਤਾਂ ਪਹਿਲਾ ਟੂਰਨਾਮੈਂਟ ਸੇਖਾ ਕਲਾਂ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ। ਵੱਡੇ ਖਿਡਾਰੀ ਇਸ ਕੱਪ 'ਤੇ ਅੱਜ ਛੋਟੇ ਮੈਚ 'ਤੇ, ਕੱਲ੍ਹ ਨੂੰ ਵੱਡੀਆਂ ਟੀਮਾਂ ਬਣ ਕੇ ਇਸ ਕਬੱਡੀ ਕੱਪ 'ਤੇ ਪਹੁੰਚਣਗੀਆਂ, ਅਤੇ ਕੱਲ੍ਹ ਨੂੰ ਹਰਿਆਣੇ 'ਚ ਵੀ ਇੱਕ ਵੱਡਾ ਕਬੱਡੀ ਕੱਪ ਆ, ਜਿਸ ਕਬੱਡੀ ਕੱਪ 'ਤੇ ਸ਼ਿਲੂ ਹਰਿਆਣੇ ਵਾਲਾ ਵੱਡੇ ਖਿਡਾਰੀ ਖੇਡਣੇ ਆ। ਇਸ ਤੋਂ ਅੱਗੇ ਅੱਜ ਜੋ ਹੈ ਵੱਡਾ ਕਬੱਡੀ ਕੱਪ ਜੋ ਹੋਣ ਜਾ ਰਿਹਾ, ਜਿੱਥੇ ਕਿ ਵੱਡੇ ਖਿਡਾਰੀ ਅੱਜ ਮਾਝੇ ਦੇ ਵਿੱਚ ਕੈਰੋਂ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ 8 ਅੰਤਰਰਾਸ਼ਟਰੀ ਕਲੱਬਾਂ ਦੇ ਭੇੜ ਹੋਣ ਜਾ ਰਹੇ ਆ, ਵੱਡੇ ਖਿਡਾਰੀ ਖੇਡਣੇ ਆ। 1,25,000 ਰੁਪਏ ਪਹਿਲਾ ਇਨਾਮ, ਦੂਜਾ ਇਨਾਮ 1,00,000 ਰੁਪਏ, ਅਤੇ ਬੈਸਟਾਂ ਨੂੰ 51,000 ਕਬੱਡੀ ਜੋ ਹੈ 1-2-3 ਅਤੇ ਜੋ ਹੈ ਮਾਝਾ ਟੀਵੀ 'ਤੇ ਅਫੀਸ਼ੀਅਲ ਟਾਈਮ ਜੋ ਹੈ ਚੈਨਲਾਂ 'ਤੇ ਲਾਈਵ ਚੱਲਣਾ, ਮਾਲਵਾ ਟੀਵੀ 'ਤੇ ਵੀ ਲਾਈਵ। ਵੱਡੇ ਖਿਡਾਰੀਆਂ ਨਾਲ ਘਰਿਆਲੇ ਦੀ ਟੀਮ, ਫਰੰਦੀ ਪਰੀਏ ਦੀ 2 ਘਰਿਆਲੇ ਦੀਆਂ ਟੀਮਾਂ, ਨੱਥੂ ਚੱਕ ਦੀ ਟੀਮ, ਗੋਪੀ ਫਰੰਦੀ ਪਰੀਏ ਦੀ ਵੱਡੀ ਟੀਮ, ਸੁਰ ਸਿੰਘੀਆ, ਅੰਬਾ, ਦੀਪ ਦਬੁਰਜੀ, ਰਾਜਾ ਪੱਧਰੀ ਵਾਲਾ, ਗੱਜਣ ਡੇਰਾ ਬਾਬਾ ਨਾਨਕ, ਮੱਖਣ ਮੱਖੀ, ਯਾਦਾਂ ਅਤੇ ਯੋਧਾ ਵੀ ਇਸ ਕਬੱਡੀ ਕੱਪ 'ਤੇ ਪਹੁੰਚ ਰਹੇ ਆ। ਵੱਡੇ ਖਿਡਾਰੀਆਂ ਨਾਲ ਵੱਡੀਆਂ ਟੀਮਾਂ ਇਸ ਕੱਪ 'ਤੇ ਜੋ ਹੈ ਖੇਡਣ ਜਾ ਰਹੀਆਂ। ਚੋਲਾ ਸਾਹਿਬ ਦੀ ਵੀ ਵੱਡੀ ਟੀਮ ਇਸ ਕਬੱਡੀ ਕੱਪ 'ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੀ ਆ। ਇਹ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਹੋਣ ਜਾ ਰਿਹਾ, ਜਿਸ ਕਬੱਡੀ ਕੱਪ 'ਤੇ ਵੱਡੇ ਖਿਡਾਰੀ ਪਹੁੰਚਣੇ ਆ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਤੁਹਾਨੂੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਬਾਰੇ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸਾਰੇ ਵੀਰਾਂ ਤਾਈਂ ਸ਼ੇਅਰ, ਕਬੱਡੀ ਗਰੁੱਪਾਂ 'ਚ ਵੀ ਸ਼ੇਅਰ ਕਰ ਦਿਓ ਜ਼ਰੂਰ। ਧੰਨਵਾਦ।